ਨਮਸਕਾਰ ਤੁਸੀਂ ਦੇਖ ਰਹੇ ਹੋ ਐਚਐਸਨਿਊਜ਼ ਮੈਂ ਹਰੀਸ਼ ਸਾਡੇ ਨਾਲ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ ਤੁਹਾਨੂੰ ਦੱਸ ਦਈਏ ਕਸ਼ਮੀਰ ਘਾਟੀ ਦੇ ਵਿੱਚ ਲਸ਼ਕਰੇ ਇਸਲਾਮ ਨਾਮ ਦੇ ਅਤੰਕੀ ਸੰਗਠਨ ਨੇ ਕਸ਼ਮੀਰੀ ਪੰਡਿਤਾਂ ਨੂੰ ਵੱਡੀ ਧਮਕੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਪੁਲਵਾਮਾ ਦੇ ਹਵਾਲਾ ਟਰਾਂਜ਼ਿਟ ਆਵਾਸ ਦੇ ਵਿੱਚ ਕਸ਼ਮੀਰੀ ਪੰਡਿਤ ਰਹਿੰਦੇ ਨੇ ਜਿਹੜੇ ਜ਼ਿਆਦਾਤਰ ਸਰਕਾਰੀ ਅਹੁਦਿਆਂ ਤੇ ਕੰਮ ਕਰਦੇ ਨੇ ਔਰ ਉਹਨਾਂ ਨੂੰ ਪੋਸਟਰਸ ਲਾ ਕੇ ਵੱਡੀ ਧਮਕੀ ਦਿੱਤੀ ਗਈ ਹੈ ਇਹ ਕਿ ਤੁਸੀਂ ਇਸ ਕਸ਼ਮੀਰ ਘਾਟੀ ਨੂੰ ਛੱਡ ਦਿਓ ਨਹੀਂ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤੋਂ ਦੱਸ ਦਈਏ ਕਸ਼ਮੀਰੀ ਪੰਡਿਤਾਂ ਨੂੰ ਪਹਿਲੀ ਵਾਰ ਨਹੀਂ ਹੈ ਕਿ ਇਦਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਅੰਤਗਵਾਦੀ ਸੰਗਠਨਾਵਾਂ ਦੁਆਰਾ ਇੱਕ ਵਾਰ ਪਹਿਲਾਂ ਵੀ ਕਸ਼ਮੀਰੀ ਪੰਡਿਤਾਂ ਨੂੰ ਇਦਾਂ ਦੇ ਬਹੁਤ ਭਿਆਨਕ ਔਰ ਬੱਦਰ ਮਾਹੌਲ ਤੋਂ ਗੁਜ਼ਰਨਾ ਪਿਆ ਹੈ ਔਰ ਉਸ ਦਾ ਸਬੂਤ ਦਿੰਦੀ ਇੱਕ ਫਿਲਮ ਵੀ ਸਾਹਮਣੇ ਆਈ ਸੀ ਕਸ਼ਮੀਰੀ ਫਾਈਲਸ ਤਾਂ ਦੱਸ ਦਈਏ ਸੇਮ ਉਸੇ ਤਰ੍ਹਾਂ ਦਾ ਮਾਹੌਲ ਇੱਕ ਵਾਰ ਫੇਰ ਕਸ਼ਮੀਰ ਘਾਟੀ ਦੇ ਵਿੱਚ ਬਣਦਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੀ ਕਸ਼ਮੀਰੀ ਪੰਡਿਤ ਸੀ ਰਾਹੁਲ ਭੱਟ ਜਿਸ ਨੂੰ ਸਰਕਾਰੀ ਤਹਿਸੀਲ ਦੇ ਵਿੱਚ ਜਾ ਕੇ ਆਤਕਵਾਦੀ ਸਕਰਡਨ ਦੁਆਰਾ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਤੁਹਾਨੂੰ ਦੱਸ ਦਈਏ ਆਏ ਦਿਨ ਨਵੇਂ-ਨਵੇਂ ਆਤਕਵਾਦੀ ਸੰਗਠਨ ਪੈਦਾ ਹੋ ਰਹੇ ਨੇ ਨਵੇਂ-ਨਵੇਂ ਨਾਮ ਸੁਣਨ ਨੂੰ ਮਿਲਦੇ ਜਾ ਰਹੇ ਨੇ ਔਰ ਕਿਤੇ ਨਾ ਕਿਤੇ ਹਿੰਦੂਆਂ ਦੇ ਖਿਲਾਫ ਖਾਸ ਕਰਕੇ ਕਸ਼ਮੀਰ ਘਾਟੀ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਨਾਲ ਜਿਹੜਾ ਜ਼ਬਰਜਨਾਹ ਹੋ ਰਿਹਾ ਉਹ ਬਹੁਤ ਘਾਤਕ ਹੈ ਤੁਹਾਨੂੰ ਦੱਸ ਦਈਏ ਇਹਦੇ ਤਾਰ ਕਿਤੇ ਨਾ ਕਿਤੇ ਮੌਜੂਦਾ ਸਰਕਾਰਾਂ ਨਾਲ ਵੀ ਜੁੜੇ ਹੋਏ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਆਤਕਵਾਦੀ ਜਿਹੜੀਆਂ ਗਤੀਵਿਧੀਆਂ ਨੇ ਉਹ ਹੋਰ ਵੀ ਜ਼ਿਆਦਾ ਤੂਰ ਫੜ ਲਈਆਂ ਨੇ ਹੋਰ ਵੀ ਜ਼ਿਆਦਾ ਤੇਜ਼ ਹੁੰਦੀਆਂ ਜਾ ਰਹੀਆਂ ਨੇ ਕਟੜਾ ਤੋਂ ਇੱਕ ਬੱਸ ਚੱਲਦੀ ਹੈ ਕਟੜਾ ਤੋਂ ਇੱਕ ਬੱਸ ਚੱਲਦੀ ਹੈ ਮਾਤਾ ਵੈਸ਼ਨੂ ਦੇ ਦਰਸ਼ਨ ਕਰਾਉਣ ਤੋਂ ਬਾਅਦ ਸ਼ਰਨਾਰਥੀਆਂ ਨੂੰ ਕਟੜੇ ਤੋਂ ਜੰਮੂ ਲੈ ਕੇ ਆ ਰਹੀ ਸੀ ਇੱਕ ਨਿੱਜੀ ਬੱਸ ਤੁਹਾਨੂੰ ਦੱਸ ਦਈਏ ਉਸ ਵਿੱਚ ਭਿਆਨਕ ਅੱਗ ਲੱਗ ਗਈ ਔਰ ਬਹੁਤ ਸਾਰੇ ਜਿਹੜੇ ਯਾਤਰੀ ਸੀ ਉਹਦੇ ਵਿੱਚ ਅੱਗ ਚ ਝੁੱਲਸ ਗਏ ਤੁਹਾਨੂੰ ਦੱਸ ਦਈਏ ਕਿ ਉਹ ਮਹਿਜ਼ ਇੱਕ ਦੁਰਘਟਨਾ ਨਹੀਂ ਸੀ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਆਤਕਵਾਦੀ ਸੰਗਠਨਾ ਦੀ ਖਬਰ ਸਾਹਮਣੇ ਆਈ ਹੈ ਕਿ ਉਸ ਬੱਸ ਦੇ ਉੱਤੇ ਇੱਕ ਸਟਿੱਕ ਬੰਬ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਵਜ੍ਹਾ ਦੇ ਨਾਲ ਉਸ ਬੱਸ ਦੇ ਵਿੱਚ ਅੱਗ ਲੱਗ ਗਈ ਔਰ ਕਿੰਨੇ ਜਿਹੜੇ ਯਾਤਰੀ ਸੀ ਜਿਹੜੇ ਦਰਸ਼ਨ ਕਰਕੇ ਆ ਰਹੇ ਸਨ ਮਾਤਾ ਵੈਸ਼ਨੋ ਤੋਂ ਉਹ ਅੱਗ ਦੀ ਚਪੇਟ ਵਿੱਚ ਆਣ ਕਰਕੇ ਝੁਲਸ ਗਏ ਔਰ ਕਈ ਲੋਕਾਂ ਦੀ ਮੌਤ ਹੋ ਗਈ ਔਰ ਇਦਾਂ ਦੇ ਜਿਹੜੇ ਅਤਕਵਾਦੀ ਹਮਲੇ ਨੇ ਉਹ ਦਿਨ-ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਔਰ ਕਿਤੇ ਨਾ ਕਿਤੇ ਉਹਨਾਂ ਅਤਕਵਾਦੀਆਂ ਦਾ ਹੌਸਲਾ ਇਸ ਲਈ ਵੀ ਬਲੰਦ ਹੋ ਰਿਹਾ ਕਿਉਂਕਿ ਮੌਜੂਦਾ ਸਰਕਾਰਾਂ ਉਹਨਾਂ ਅਤਕਵਾਦੀਆਂ ਦੇ ਵਿਰੁੱਧ ਕੁਝ ਵੀ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਖਾਸ ਕਰਕੇ ਜੇਕਰ ਅਸੀਂ ਪੰਜਾਬ ਗਵਰਨਮੈਂਟ ਦੀ ਗੱਲ ਕਰੀਏ ਤਾਂ ਇੱਥੇ ਵੀ ਬਹੁਤ ਸਾਰੀਆਂ ਇਦਾਂ ਦੀਆਂ ਕਿਤੋਂ ਡਰੱਗਸ ਮਿਲ ਰਹੀਆਂ ਕਿਤੋਂ ਡਰੋਨ ਭੜੇ ਜਾ ਰਹੇ ਨੇ ਤੇ ਕਿਤੇ ਅਤਕਵਾਦੀਆਂ ਦੁਆਰਾ ਇੰਟੈਲੀਜੈਂਸ ਬਿਊਰੋ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਪਰ ਪ੍ਰਸ਼ਾਸਨ ਹਾਲੇ ਤੀਕ ਚੁੱਪ ਬੈਠਾ ਹੈ ਇਹਨਾਂ ਆਤਕਵਾਦੀਆਂ ਦੇ ਵਿਰੁੱਧ ਨਾ ਤਾਂ ਆਪਣੀ ਜ਼ੁਬਾਨ ਖੋਲਦਾ ਹੈ ਨਾ ਉਹਨਾਂ ਦੇ ਵਿਰੁੱਧ ਕੁਝ ਬੋਲ ਰਿਹਾ ਤੇ ਨਾ ਹੀ ਉਹਨਾਂ ਨੂੰ ਫੜਿਆ ਜਾ ਰਿਹਾ ਨਾ ਹੀ ਉਹਨਾਂ ਤੇ ਲਗਾਮ ਕੱਸੀ ਜਾ ਰਹੀ ਹੈ ਔਰ ਉਹਦਾ ਨਤੀਜਾ ਹੈ ਕਿ ਕਸ਼ਮੀਰ ਘਾਟੀ ਦੇ ਵਿੱਚ ਵੀ ਇਦਾਂ ਦੀਆਂ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਔਰ ਸਿੱਧੀ-ਸਿੱਧੀ ਧਮਕੀ ਕਸ਼ਮੀਰੀ ਪੰਡਤਾਂ ਨੂੰ ਦਿੱਤੀ ਜਾ ਰਹੀ ਹੈ ਕਿ ਕਸ਼ਮੀਰ ਘਾਟੀ ਨੂੰ ਛੱਡ ਦਿਓ ਨਹੀਂ ਤਾਂ ਤੁਹਾਡਾ ਹਸ਼ਰ ਮੌਤ ਤੋਂ ਇਲਾਵਾ ਕੁਝ ਨਹੀਂ ਹੋਏਗਾ ਹੁਣ ਕੀ ਹੁੰਦਾ ਕਸ਼ਮੀਰ ਘਾਟੀ ਦੇ ਵਿੱਚ ਵੱਡੇ ਵੱਡੇ ਪੋਸਟਰਸ ਲਗਾ ਦਿੱਤੇ ਗਏ ਨੇ ਕਿ ਵਾਕੇ ਕਸ਼ਮੀਰੀ ਪੰਡਿਤਾਂ ਨੂੰ ਪਲਾਇਨ ਕਰਨਾ ਪੈਂਦਾ ਜਾਂ ਫਿਰ ਸਰਕਾਰਾਂ ਕੁਝ ਐਕਸ਼ਨ ਲੈਂਦੀਆਂ ਨੇ ਤੁਸੀਂ ਵੇਖ ਰਹੇ ਹੋ ACS ਨਿਊਜ਼ ਮੈਸੀ ਹਰੀਸ਼ ਇਸ ਖਾਸ ਰਿਪੋਰਟ ਦੇ ਨਾਲ